ਹਾਂਜੀ ਸਤਿ ਸ਼੍ਰੀ ਅਕਾਲ, ਪੰਜਾਬ ਡਾਇਰੀਜ਼ ਦੇਖ ਰਹੇ ਹੋ ਤੁਸੀਂ। ਮੈਂ ਪਰਮਿੰਦਰ ਸਿੰਘ, ਉਮੀਦ ਕਰਦਾ ਤੁਸੀਂ ਸਾਰੇ ਰਾਜੀਬਾਜੀ ਹੋਵੋਗੇ। ਦੋਸਤੋ, ਪੰਜਾਬ ਦੇ ਉੱਤੇ ਇੱਕ ਵੱਡਾ ਸੰਕਟ ਆ ਗਿਆ ਕਿਉਂਕਿ NGT ਦੇ ਵੱਲੋਂ ਪੰਜਾਬ ਨੂੰ ਇੱਕ ਵੱਡਾ ਜੁਰਮਾਨਾ ਲਗਾ ਦਿੱਤਾ ਗਿਆ। 1024 ਕਰੋੜ ਦਾ ਇਹ ਜੁਰਮਾਨਾ ਏ ਜਿਹੜਾ ਕਿ NGT ਦੇ ਵੱਲੋਂ ਪੰਜਾਬ ਨੂੰ ਠੋਕਿਆ ਗਿਆ ਏ। NGT ਮਤਲਬ ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਜਿਨ੍ਹਾਂ ਨੇ ਕੂੜੇ ਦੇ ਨਿਪਟਾਰੇ ਅਤੇ ਸੀਵਰੇਜ ਟ੍ਰੀਟਮੈਂਟ ਦਾ ਕੰਮ ਬਹੁਤ ਹੌਲੀ ਰਫ਼ਤਾਰ ਦੇ ਨਾਲ ਚਲਾਉਣ ਦੇ ਕਰਕੇ ਪੰਜਾਬ ਸਰਕਾਰ ਦੇ ਉੱਤੇ 1026 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ। ਇਹ ਵੱਡੀ ਰਕਮ 1 ਮਹੀਨੇ ਦੇ ਅੰਦਰ ਅੰਦਰ ਜਮ੍ਹਾਂ ਕਰਵਾਉਣੀ ਹੈ। ਇਹ ਗੱਲ ਖਾਸ ਤੌਰ 'ਤੇ ਉਹਨਾਂ ਨੇ ਲਿਖ ਕੇ ਦਿੱਤੀ ਆ। ਸਖ਼ਤ ਰੁੱਖ ਜਿਹੜਾ ਪੰਜਾਬ ਸਰਕਾਰ ਦੇ ਵੱਲ NGT ਦਾ ਹੋ ਗਿਆ ਕਿ 1 ਮਹੀਨੇ ਦਾ ਟਾਈਮ ਆ ਤੁਹਾਡੇ ਕੋਲ ਅਤੇ 1026 ਕਰੋੜ ਰੁਪਈਆ ਜਿਹੜਾ 1 ਮਹੀਨੇ ਦੇ ਅੰਦਰ ਅੰਦਰ ਤੁਸੀਂ ਦੇਣਾ ਹੈ। ਜੁਰਮਾਨਾ ਵੱਡਾ ਹੈ। ਇੱਥੇ ਹੀ ਬਸ ਨਹੀਂ, ਪੰਜਾਬ ਦੇ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਦੇ ਸੰਬੰਧੀ ਹੁਣ ਤੱਕ ਦੇ ਕੰਮ ਦੀ ਪੂਰੀ ਰਿਪੋਰਟ ਵੀ ਪੇਸ਼ ਕਰਨ ਦੇ ਹੁਕਮ ਦੇ ਦਿੱਤੇ ਨੇ। NGT ਨੇ ਆਪਣੇ ਹੁਕਮ ਦੇ ਵਿੱਚ ਮੁੱਖ ਸਕੱਤਰ ਦੇ ਉੱਤੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕਰ ਦਿੱਤਾ ਅਤੇ ਪੁੱਛਿਆ ਕਿ NGT ਦੇ ਹੁਕਮ ਨਾ ਮੰਨਣ 'ਤੇ ਕਿਉਂ ਨਾ ਤੁਹਾਡੇ 'ਤੇ ਹੁਣ ਵਾਟਰ ਐਕਟ 1974 ਦੇ ਤਹਿਤ ਮੁਕੱਦਮਾ ਚਲਾ ਦਈਏ। ਉਹਨਾਂ ਨੂੰ 1 ਮਹੀਨੇ ਦੇ ਵਿੱਚ ਜਵਾਬ ਦਾਖਲ ਕਰਨ ਦੇ ਵਾਸਤੇ ਵੀ ਕਿਹਾ ਗਿਆ ਏ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਆਪਣਾ ਜਵਾਬ ਕਿਹੋ ਜਿਹਾ ਦਿੰਦੀ ਹੈ ਕਿ ਕਿਉਂ ਨਹੀਂ ਉਹ NGT ਦੇ ਦਿੱਤੇ ਨਿਰਦੇਸ਼ਾਂ 'ਤੇ ਕੰਮ ਕਰ ਸਕੇ ਅਤੇ ਹੁਣ ਉਹਨਾਂ ਨੂੰ 1026 ਕਰੋੜ ਤੋਂ ਵਧੇਰੇ ਦਾ ਜਿਹੜਾ ਜੁਰਮਾਨਾ ਹੈ ਉਹ ਦੇਣਾ ਹੋਊਗਾ। ਦੋਸਤੋ, ਦੇਸ਼ ਭਰ ਦੇ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਦੇ ਸੰਬੰਧੀ NGT ਦੇ ਵਿੱਚ ਸੁਣਵਾਈ ਚੱਲ ਰਹੀ ਹੈ ਅਤੇ 25 ਜੁਲਾਈ 2024 ਨੂੰ ਪੰਜਾਬ ਸਰਕਾਰ ਦਾ ਪੱਖ ਵੀ ਸੁਣਿਆ ਗਿਆ ਸੀ। ਸੁਣਵਾਈ ਦੇ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਸਮੇਤ ਸੂਬੇ ਦੇ ਸਾਰੇ ਨਿਗਮਾਂ ਦੇ ਕਮਿਸ਼ਨਰ ਵਰਚੁਅਲ ਢੰਗ ਦੇ ਨਾਲ ਸ਼ਾਮਲ ਵੀ ਹੋਏ। NGT ਬੈਚ ਨੇ ਸਪਸ਼ਟ ਕੀਤਾ ਕਿ ਸਾਡੇ ਵਿਚਾਰ 'ਚ ਹੁਣ ਅੱਤ ਹੋ ਚੁੱਕੀ ਹੈ ਕਿ ਪੰਜਾਬ ਨੇ ਹੁਣ ਅੱਤ ਕਰ ਦਿੱਤੀ ਹੈ, ਹੁਣ ਇਹਨਾਂ ਨੂੰ ਜੁਰਮਾਨਾ ਲਾਉਣਾ ਪਵੇਗਾ ਅਤੇ ਹੁਣ ਸਮਾਂ ਆ ਗਿਆ ਕਿ ਸਖ਼ਤੀ ਦਿਖਾਈ ਜਾਵੇ, ਨਹੀਂ ਤਾਂ ਅਸੀਂ ਵੀ ਵਾਜਬ ਕਦਮ ਚੁੱਕਣ ਦੇ ਵਿੱਚ ਆਪਣੇ ਫਰਜ਼ ਤੋਂ ਖੁੰਝਾਂਗੇ ਨਹੀਂ। ਇਹ ਗੱਲ ਉਦਣ ਮੀਟਿੰਗ ਦੇ ਵਿੱਚ NGT ਨੇ ਕਹਿਤੀ। NGT ਨੇ ਵੀ ਕਿਹਾ ਕਿ ਸਮੇਂ-ਸਮੇਂ ਦੇ ਉੱਤੇ ਹੁਕਮ ਜਾਰੀ ਕਰਕੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਕਈ ਮੌਕੇ ਵੀ ਦਿੱਤੇ ਗਏ ਆ, ਪਰ ਇਹਨਾਂ ਨੇ ਉਹ ਮੌਕੇ ਗਵਾਏ। ਇਸ ਉਮੀਦ ਨਾਲ ਇਹ ਮੌਕੇ ਦਿੱਤੇ ਗਏ ਕਿ ਉਹ ਗੰਭੀਰਤਾ ਦੇ ਨਾਲ ਕੰਮ ਕਰਨਗੇ ਅਤੇ ਸਾਨੂੰ ਇਹ ਦੇਖ ਕੇ ਦੁੱਖ ਹੋਇਆ। NGT ਦਾ ਕਹਿਣਾ ਹੈ ਕਿ ਸੂਬਾ ਸਰਕਾਰ ਇਸ ਦੇ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਬਹੁਤ ਵੱਡੀ ਗੱਲ ਹੈ ਇਹ, ਬਿਨਾਂ ਮਤਲਬ ਤੋਂ ਹੀ 1026 ਕਰੋੜ ਰੁਪਈਆ ਜਿਹੜਾ ਸਰਕਾਰ ਨੂੰ ਹੁਣ ਦੇਣਾ ਪਊਗਾ ਅਣਗਹਿਲੀਆਂ ਕਰਕੇ। ਇਸ ਮਾਮਲੇ ਦੀ ਹੁਣ ਸੁਣਵਾਈ ਜਿਹੜੀ ਆ 27 ਸਤੰਬਰ ਨੂੰ ਹੋਣੀ ਹੈ। NGT ਦੀ ਇਸ ਕਾਰਵਾਈ ਤੋਂ ਬਾਅਦ ਮੁੱਖ ਸਕੱਤਰ ਨੇ 1 ਘੰਟਾ ਤੱਕ ਵੀਡੀਓ ਕਾਨਫਰੰਸ ਕਰਕੇ ਸਾਰੇ ਨਿਗਮ ਕਮਿਸ਼ਨਰਾਂ ਦੀ ਖਿਚਾਈ ਵੀ ਕੀਤੀ ਹੈ। ਹੁਣ ਸਵਾਲ ਇਹ ਬਣਦਾ ਕਿ ਇਹ ਕਰਜ਼ਾ ਜਿਹੜਾ ਹੈ 1 ਮਹੀਨੇ ਦੇ ਵਿੱਚ ਪੂਰਾ ਕਰਨਾ ਹੈ ਤਾਂ ਸਰਕਾਰ ਉਹ ਕਰਜ਼ਾ ਕਿਵੇਂ ਪੂਰਾ ਕਰੂਗੀ? ਕਿਤੇ ਇਹ ਤਾਂ ਨਹੀਂ ਹੋਣ ਜਾ ਰਿਹਾ ਕਿ ਇਹ ਕਰਜ਼ਾ ਲਾਉਣ ਵਾਸਤੇ ਸਰਕਾਰ ਹੋਰ ਕਰਜ਼ਾ ਚੁੱਕ ਲਵੇ? ਮਤਲਬ ਦਾੜੀ ਨਾਲੋਂ ਮੁੱਛਾਂ ਵੱਡੀਆਂ ਹੋ ਜਾਣ ਵਾਲਾ ਕੰਮ ਜਿਹੜਾ ਉਹ ਹੁੰਦਾ ਜਾਪ ਰਿਹਾ। ਖੈਰ, ਦੇਖਣਾ ਹੋਵੇਗਾ ਕਿ ਸਰਕਾਰ ਇਸ ਮਸਲੇ ਨੂੰ ਕਿਵੇਂ 1 ਮਹੀਨੇ ਦੇ ਵਿੱਚ ਪੂਰਾ ਕਰਦੀ ਹੈ, 1 ਮਹੀਨੇ ਦੇ ਵਿੱਚ ਕਿਵੇਂ ਇਸ ਦਾ ਹੱਲ ਕਰਦੀ ਹੈ। ਪਰ ਕਿਤੇ ਨਾ ਕਿਤੇ ਤੁਸੀਂ ਗੌਰ ਕਰਿਓ ਕਿ 14 ਅਗਸਤ ਨੂੰ 1 ਕੈਬਨਿਟ ਦੀ ਮੀਟਿੰਗ ਹੋਈ ਆਜ਼ਾਦੀ ਦਿਹਾੜੇ ਤੋਂ 1 ਦਿਨ ਪਹਿਲਾਂ। ਬਹੁਤ ਸਾਰੇ ਅਜਿਹੇ ਮੁੱਦੇ ਨਿਕਲ ਕੇ ਸਾਹਮਣੇ ਆਏ ਜਿਨ੍ਹਾਂ ਨੂੰ ਹਰੀ ਝੰਡੀ ਦਿੱਤੀ ਗਈ, ਜਿਨ੍ਹਾਂ ਦੇ ਵਿੱਚ ਰੋਡ ਟੈਕਸ ਸੀ ਉਹ ਵਧਾ ਦਿੱਤਾ ਗਿਆ, ਗ੍ਰੀਨ ਟੈਕਸ ਇੱਕ ਨਵਾਂ ਪੰਜਾਬ ਦੇ ਵਿੱਚ ਚਲਾ ਦਿੱਤਾ ਗਿਆ ਜਿਹੜਾ ਕਿ 1 ਸਤੰਬਰ ਤੋਂ ਸ਼ੁਰੂ ਹੋਣਾ। ਜਿਹੜੀਆਂ ਦੀਆਂ ਪੁਰਾਣੀਆਂ ਗੱਡੀਆਂ ਨੇ ਉਹਨਾਂ ਨੂੰ ਇਹ ਟੈਕਸ ਜਿਹੜਾ ਭਰਨਾ ਹੋਊਗਾ। ਇਹਦੇ ਬਾਬਤ ਅਸੀਂ ਵਿਚਾਰ ਚਰਚਾ ਕੀਤੀ ਹੋਈ ਆ, ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ।
ਅਤੇ ਹੁਣ ਜਿਹੜੇ ਨੌਜਵਾਨ ਨੇ ਜਿਹੜੇ ਵਿਦਿਆਰਥੀ ਨੇ ਸਕੂਲਾਂ 'ਚ ਪੜ੍ਹਨ ਵਾਲੇ ਉਹਨਾਂ ਦੀਆਂ ਜੋ ਵਹੀਕਲ ਨੇ ਜੇ ਉਹ 100 CC ਤੋਂ ਉੱਪਰ ਹੈ ਤਾਂ ਉਹਨਾਂ ਦੇ ਵੀ ਚਲਾਣ ਕੱਟੇ ਜਾ ਰਹੇ ਨੇ। ਤਾਂ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਇਸ ਭਰਪਾਈ ਦੇ ਵਿੱਚ ਲੱਗੀ ਹੋਈ ਜਾਪ ਰਹੀ ਹੈ। ਦੇਖਣਾ ਹੋਵੇਗਾ ਕਿ ਇੱਕ ਮਹੀਨੇ ਦੇ ਵਿੱਚ ਸਰਕਾਰ ਇਹ ਜਿਹੜਾ ਜੁਰਮਾਨਾ ਲੱਗਿਆ ਉਹਨਾਂ 'ਤੇ ਉਹ ਕਿਵੇਂ ਪੂਰਾ ਕਰਦੀ ਹੈ, ਇਹ ਦੇਖਣ ਵਾਲੀ ਗੱਲ ਰਹੇਗੀ। ਇਹ ਸਮਾਂ ਤੈਅ ਕਰੇਗਾ ਅਤੇ ਇੱਕ ਮਹੀਨੇ ਦੇ ਅੰਦਰ ਅੰਦਰ ਇਸ ਦਾ ਪਤਾ ਵੀ ਚੱਲ ਜਾਵੇਗਾ ਕਿ ਸਰਕਾਰ ਨੇ ਹੋਰ ਕਰਜ਼ਾ ਚੁੱਕਿਆ ਕਿ ਪੰਜਾਬ ਦੀ ਆਵਾਮ ਤੋਂ ਇਹ ਜਿਹੜਾ ਕਰਜ਼ਾ ਹੈ ਉਹ ਚੁਕਾਉਣ ਵਾਸਤੇ ਸਰਕਾਰ ਯਤਨਸ਼ੀਲ ਹੈ। ਸੋ ਇਸ ਵੀਡੀਓ ਦੇ ਵਿੱਚ ਇੰਨਾ ਹੀ। ਤੁਸੀਂ ਵੀ ਆਪਣੇ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਕਿ ਸਰਕਾਰ ਕਿੱਥੇ ਅਣਗਹਿਲੀ ਕਰਕੇ ਗਈ ਹੈ ਕਿ ਉਹਨੂੰ 1,026 ਕਰੋੜ ਰੁਪਈਆ ਜਿਹੜਾ ਅਜਾਈ ਦੇਣਾ ਪਵੇਗਾ NGT ਨੂੰ। ਕਿੱਥੇ ਕੁ ਗਲਤੀਆਂ ਸਰਕਾਰ ਦੀਆਂ ਹੋਈਆਂ ਨੇ ਜਾਂ ਪ੍ਰਸ਼ਾਸਨ ਦੀਆਂ ਹੋਈਆਂ ਨੇ, ਕਿਉਂਕਿ ਅਸੀਂ ਹਮੇਸ਼ਾ ਸਰਕਾਰ ਦਾ ਨਾਮ ਲਾ ਦਿੰਦੇ ਹਾਂ ਪਰ ਸਰਕਾਰ ਦੇ ਅੱਗੇ ਨਿਗਮ ਬੈਠਾ ਜਿਹਨੇ ਇਹ ਕੰਮ ਦੇਖਣਾ ਸੀ, ਨਗਰ ਨਿਗਮ ਦੇ ਇਹ ਕੰਮ ਸੀ। ਕਿਤੇ ਨਾ ਕਿਤੇ ਉਹਨਾਂ ਦੀ ਅਣਗਹਿਲੀ ਵੀ ਹੋਈ ਹੈ ਤਾਂ ਬਹੁਤ ਨੁਕਸਾਨ ਜਿਹੜਾ ਇਹਦੇ ਵਿੱਚ ਪੰਜਾਬ ਦਾ ਹੋ ਰਿਹਾ, ਬਹੁਤ ਵੱਡੀ ਰਕਮ ਹੈ। ਜੇ ਇਹ ਰਕਮ ਵਿਕਾਸ ਕਾਰਜਾਂ 'ਤੇ ਲੱਗਦੀ ਤਾਂ ਪੰਜਾਬ ਦੀ ਨੁਹਾਰ ਬਦਲ ਸਕਦੀ ਹੈ, ਪਰ ਹੁਣ ਇਹ ਜੁਰਮਾਨੇ ਦੇ ਤੌਰ ਦੇ ਉੱਤੇ NGT ਨੂੰ ਦੇਣਾ ਹੋਊਗਾ। ਇਹ ਵੱਡਾ ਝਟਕਾ ਪੰਜਾਬ ਨੂੰ ਜ਼ਰੂਰ ਲੱਗਿਆ। ਫਿਲਹਾਲ ਇਜਾਜ਼ਤ ਚਾਹਾਂਗੇ। ਦੇਸ਼ ਦੁਨੀਆ ਦੀਆਂ ਖਬਰਾਂ ਦੇਖਣ ਵਾਸਤੇ ਪੰਜਾਬ ਡਾਇਰੀ ਨਾਲ ਜੁੜੇ ਰਹੋ। ਧੰਨਵਾਦ।